ਢੱਡਰੀਆਂ ਵਾਲੇ ਨੇ ਆਪ ਤਸਲੀਮ ਕੀਤਾ ਮੇਰੇ ਨਾਲ ਪੰਜ ਗੱਡੀਆਂ ਸੀ ਪੰਜ ਗੱਡੀਆਂ ਔਰ ਫਿਰ ਤੁਸੀਂ ਇਹ ਦੇਖੋ ਵੀ ਕਹਿੰਦਾ ਵੀ ਅੱਗੇ ਵੀ ਇੱਕ ਗੱਡੀ ਜਾ ਰਹੀ ਸੀ ਬਾਕੀ ਦੀਆਂ ਗੱਡੀਆਂ ਪਿੱਛੇ ਜਾ ਰਹੀਆਂ ਸਨ ਉਹਦੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਅਗਲੀ ਗੱਡੀ ਗਈ ਉਹ ਕਿੱਥੇ ਗਈ ਫਿਰ ਇਹ ਅਗਲੀ ਗੱਲ ਕਹਿ ਰਿਹਾ ਵੀ 4 ਕਿਲੋਮੀਟਰ ਤੱਕ ਮੇਰੇ ਮਗਰ ਉਹਨਾਂ ਨੇ ਪਿੱਛਾ ਕੀਤਾ ਸਿੰਘਾਂ ਨੇ ਔਰ ਕੀ ਜਿਹੜੀ ਗੱਡੀ ਦੇ ਮਗਰ ਇੰਨਾ ਲੰਮਾ ਸਮਾਂ ਪਿੱਛਾ ਪਿੱਛਾ ਕੀਤਾ ਗਿਆ ਮਗਰਲੀਆਂ ਗੱਡੀਆਂ ਪਿੱਛੇ ਖਲੋਤੀਆਂ ਰਹੀਆਂ ਉਹ ਪਿਛਲੀਆਂ ਗੱਡੀਆਂ ਕਿਉਂ ਨਾ ਆਈਆਂ ਇਹ ਇਹ ਜਿਹੜੀ ਜਾਂਚ ਹੈ ਨਾ ਜੀ ਇਸ ਜਿਹੜੇ ਇਹ ਇਹੋ ਜਿਹੀ ਗੱਲ ਕੀਤੀ ਜਾ ਰਹੀ ਹੈ ਇਹ ਬੜੇ ਤਰ੍ਹਾਂ ਦੇ ਸ਼ੱਕ ਜ਼ਾਹਰ ਹੋ ਰਹੇ ਹੈ ਔਰ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਨਿਰਪੱਖਤਾ ਦੇ ਨਾਲ ਇਹਦੀ ਸਾਰੀ ਜਾਂਚ ਕਰਨੀ ਚਾਹੀਦੀ ਹੈ ਨਹੀਂ ਮੈਂ ਇਹੀ ਚਾਹੁੰਦਾ ਕਿ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਸਾਰੇ ਮਸਲੇ ਦੀ ਤਾਂ ਕਿ ਪਤਾ ਲੱਗੇ ਕਿ ਇਹ ਜੋ ਘਟਨਾਕ੍ਰਮ ਵਾਪਰਿਆ ਇਹਦੇ ਵਿੱਚ ਸਹੀ ਅਸਲੀਅਤ ਜਿਹੜੀ ਆ ਲੋਕਾਂ ਦੇ ਸਾਹਮਣੇ ਆ ਸਕੇ ਨਹੀਂ ਨਹੀਂ ਮੈਂ ਇੱਕੋ ਬੇਨਤੀ ਕਰਦਾ ਪੁਲਿਸ ਤਾਂ ਕਈ ਵਾਰੀ ਦੇਖੋ ਪੁਲਿਸ ਤਾਂ ਕਈ ਵਾਰੀ ਜਾਂਚ ਕਰਦੇ ਆ ਜਾਂ ਇਹੋ ਜਿਹੇ ਮਸਲਿਆਂ ਦੇ ਵਿੱਚ ਕਈ ਵਾਰੀ ਬੰਦਿਆਂ ਨੂੰ ਕਈ ਤਰ੍ਹਾਂ ਦਾ ਉਹਨਾਂ 'ਤੇ ਪ੍ਰੈਸ਼ਰ ਪਾ ਕੇ ਕਈ ਤਰ੍ਹਾਂ ਦਾ ਕੁਛ ਨਾ ਕੁਛ ਉਰਾ ਪਰਾ ਵੀ ਹੋ ਸਕਦਾ ਜਿਹੜੀ ਵੀ ਏਜੰਸੀ ਜਿਸ ਵੀ ਏਜੰਸੀ ਨੇ ਜਾਂਚ ਕਰਨੀ ਆ ਉਹ ਪਾਰਦਰਸ਼ਤਾ ਦੇ ਨਾਲ ਇਹਦੀ ਜਾਂਚ ਕਰੇ